ਅੱਜ ਦਾ ਜਿਹੜਾ ਵਲੌਗ ਹੈ ਵੀਰੋ ਇਹ ਹੋਣ ਵਾਲਾ ਜੋਂ ਡੀਅਰ 5405 ਦੇ ਵਿੱਚ ਕਿੰਨੇ ਵੇਰੀਐਂਟ ਆਉਂਦੇ ਆ ਔਰ ਅੱਜ ਤੁਹਾਨੂੰ ਮੈਂ ਇਹਦੇ ਬਾਰੇ ਕੁਝ ਇਹੋ ਜਿਹੀਆਂ ਗੱਲਾਂ ਕਲੀਅਰ ਕਰੂੰਗਾ ਜਿਹੜੀਆਂ ਨਾ ਤਾਂ ਤੁਹਾਨੂੰ ਕੰਪਨੀ ਵਾਲੇ ਨੇ ਅੱਜ ਤੱਕ ਦੱਸੀਆਂ ਹੋਣੀਆਂ ਔਰ ਨਾ ਹੀ ਤੁਹਾਨੂੰ ਕੋਈ ਵਲੌਗਰ ਦੱਸੂਗਾ ਠੀਕ ਹੈ ਤਾਂ ਟਾਈਮ ਨੂੰ ਵੇਸਟ ਨਾ ਕਰਦੇ ਹੋਏ ਵਲੌਗ ਕਰ ਲੈਨੇ ਆ ਜੀ ਸ਼ੁਰੂ 5405 ਦੇ ਵਿੱਚ ਕਿੰਨੀ ਤਰ੍ਹਾਂ ਦੇ ਵੇਰੀਐਂਟ ਆਉਂਦੇ ਆ ਸਭ ਤੋਂ ਪਹਿਲਾਂ ਅਗਰ ਵੇਰੀਐਂਟ ਦੀ ਗੱਲ ਕਰਦੇ ਆ ਤਾਂ ਇਹਦੇ ਵਿੱਚ ਆਉਂਦਾ 4/2 ਵਾਲਾ ਮਾਡਲ ਜਿਹੜਾ ਕਿ ਸਿੰਪਲ ਹਿੱਸੇ ਵਾਲਾ ਤੁਸੀਂ ਕਹਿ ਸਕਦੇ ਆ ਇਹਦੇ ਵਿੱਚ ਤੁਹਾਨੂੰ ਜ਼ਿਆਦਾ ਕੋਈ ਆਪਸ਼ਨ ਨਹੀਂ ਮਿਲਦੇ ਇਹਦੇ ਵਿੱਚ ਜਾਂ ਤਾਂ ਤੁਸੀਂ ਗਲੋਬਲ ਐਕਸਲ ਵਾਲਾ ਟਰੈਕਟਰ ਲੈ ਸਕਦੇ ਹੋ ਤੇ ਜਾਂ ਤੁਸੀਂ ਸਿੰਪਲ ਹਿੱਸੇ ਵਾਲਾ ਲੈ ਸਕਦੇ ਹੋ ਗਲੋਬਲ ਐਕਸਲ ਵਾਲਾ ਜ਼ਿਆਦਾਤਰ ਮੇਰੇ ਵੀਰ ਉਹ ਲੈਣ ਜਿਨ੍ਹਾਂ ਨੇ ਡੋਜ਼ਰ ਲੋਡਰ ਤੇ ਲਾਉਣਾ ਠੀਕ ਹੈ 4/2 ਦੇ ਵਿੱਚ ਹੀ ਤੁਹਾਨੂੰ ਦੇਖਣ ਨੂੰ ਮਿਲੇਗਾ 4/4 ਦੇ ਵਿੱਚ ਇਹਦਾ ਆਪਸ਼ਨ ਨਹੀਂ ਹੈ 4x4 ਦੇ ਵਿੱਚ ਤੁਹਾਨੂੰ ਕਰਾਰੋ ਵਾਲਾ ਹਿੱਸਾ ਮਿਲ ਜਾਂਦਾ ਠੀਕ ਹੈ ਗਲੋਬਲ ਐਕਸਲ ਉਹੀ ਵੀਰੇ ਲੈਣ ਜਿਨ੍ਹਾਂ ਨੂੰ ਐਕਸਟਰਾ ਮਜ਼ਬੂਤੀ ਚਾਹੀਦੀ ਹੈ ਅਗਰ ਪ੍ਰਾਈਸ ਦੀ ਗੱਲ ਵੀ ਮੈਂ ਨਾਲ-ਨਾਲ ਕਰ ਲੈਣਾ ਤਾਂ 30 ਤੋਂ ਲੈ ਕੇ 35000 ਰੁਪਿਆ ਟਰੈਕਟਰ ਦੀ ਕੋਸਟਿੰਗ ਹੈ ਜਿਹੜੀ ਉਹ ਵਜ ਜਾਂਦੀ ਹੈ ਉਹਦੇ ਨਾਲ ਹੋਣਾ ਜਾਨੇ ਆ ਤੇ 4x4 ਮਾਡਲ ਤੇ ਸਭ ਤੋਂ ਪਹਿਲੀ ਗੱਲ ਇਹਦੇ ਵਿੱਚ ਜਿਵੇਂ ਆਪਾਂ ਨੂੰ ਜੌਂਡੀਅਰ 5310 ਦੇ ਵਿੱਚ অপশন ਮਿਲਦਾ ਵਿੱਚ ਉਹਦੇ ਵਿੱਚ ਆਪਾਂ 2000 ਕਿਲੋ ਲਿਫਟ ਕਪੈਸਿਟੀ ਵੀ ਲੈ ਸਕਦੇ ਆ ਤੇ 2500 ਕਿਲੋ ਲਿਫਟ ਕਪੈਸਿਟੀ ਵੀ ਲੈ ਸਕਦੇ ਆ ਕਿਉਂਕਿ ਇਹ 63 ਐਚਪੀ ਦਾ ਟਰੈਕਟਰ ਹੈ ਤੁਸੀਂ ਸਾਰੇ ਵੀਰ ਜਾਣਦੇ ਹੋ ਠੀਕ ਹੈ ਤਾਂ ਇਹਦੇ ਵਿੱਚ ਆਪਾਂ ਨੂੰ অপਸ਼ਨ ਨਹੀਂ ਮਿਲਦਾ ਵੀ ਆਪਾਂ ਇਹਦੇ ਵਿੱਚ 2000 ਕਿਲੋ ਲਈਏ ਜਾਂ 2500 ਕਿਲੋ ਲਈਏ ਲਿਫਟ ਕਪੈਸਿਟੀ ਤੁਹਾਨੂੰ 2500 ਕਿਲੋ ਦੀ ਹੀ ਮਿਲੂਗੀ ਠੀਕ ਹੈ ਉਸ ਤੋਂ ਬਾਅਦ ਇਹਦੇ ਵਿੱਚ ਹਾਂ ਜੌਂ ਡੀਅਰ 5310 ਦੇ ਵਿੱਚ ਕੀ ਹੈ ਜੌਂ ਡੀਅਰ 5310 ਦੇ ਵਿੱਚ ਨਾ ਜਿਹੜਾ ਇਲੈਕਟ੍ਰਿਕ ਬਟਨ ਲੱਗੇ ਹੋਏ ਆ ਲਿਫਟ ਵਾਲੇ ਇਹ ਬਟਨ ਤੁਹਾਨੂੰ ਕੰਪਨੀ ਫਿਟਿਡ 5310 ਦੇ ਵਿੱਚ ਨਹੀਂ ਮਿਲਣਗੇ ਠੀਕ ਹੈ ਇਹਦੇ ਵਿੱਚ ਮਿਲ ਜਾਣਗੇ ਤੁਹਾਨੂੰ ਤੇ 5210 ਦੇ ਵਿੱਚ ਮਿਲ ਜਾਣਗੇ ਠੀਕ ਹੈ ਇੱਕ ਇੱਥੇ ਲੱਗਿਆ ਹੁੰਦਾ ਤੇ ਇੱਕ ਦੇਖ ਲਓ ਇੱਧਰ ਲੱਗਿਆ ਹੁੰਦਾ ਇਹ ਬਟਨ ਇਹ ਬਟਨ ਤੁਹਾਨੂੰ 5310 ਦੇ ਵਿੱਚ ਨਹੀਂ ਮਿਲਦੇ ਏ 5405 ਦੇ ਵਿੱਚ ਮਿਲਣਗੇ ਜਾਂ ਮਿਲਣਗੇ ਤੁਹਾਨੂੰ 5210 ਦੇ ਵਿੱਚ ਔਰ ਇੱਕ ਜਿਹੜੀ ਮੈਂ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਕਲੀਅਰ ਕਰਨੀ ਸੀ ਇੱਕ ਨਾ ਕਾਫੀ ਵੀਰਾਂ ਦਾ ਮੈਨੂੰ ਫੋਨ ਵੀ ਆਇਆ ਵੀ ਇਹਦੇ ਵਿੱਚ ਰਿਵਰਸੀਬਲ ਫੈਨ ਸਾਨੂੰ ਮਿਲੂਗਾ ਕਿ ਨਹੀਂ ਕਿਉਂਕਿ ਮੈਂ ਇੱਕ ਸ਼ੋਰਟ ਪਾਇਆ ਸੀ ਇਹਦਾ ਉਸ ਤੋਂ ਬਾਅਦ ਦੋ ਤਿੰਨ ਵੀਰਾਂ ਦੇ ਫੋਨ ਆਏ ਤਾਂ ਇਹ ਗੱਲ ਮੈਂ ਸਪੈਸ਼ਲ ਕੰਸਲਟ ਕੀਤਾ ਕੰਪਨੀ ਵਾਲਿਆਂ ਨਾਲ ਤਾਂ ਇਹਦੇ ਵਿੱਚ ਤੁਹਾਨੂੰ ਰਿਵਰਸਿਬਲ ਮਾਡਲ ਨਹੀਂ ਮਿਲੂਗਾ ਕਿਸੇ ਵੀ ਵੇਰੀਐਂਟ 'ਚ ਕਿਉਂਕਿ ਕੰਪਨੀ ਓਨ ਟੈਸਟਿੰਗ ਉਹ ਜਿਹੜਾ ਰਿਵਰਸਿਬਲ ਫੈਨ ਵਾਲਾ ਮਾਡਲ ਹੈ ਓਨ ਟੈਸਟਿੰਗ ਲਾਂਚ ਕੀਤਾ ਸੀ ਕੰਪਨੀ ਨੇ ਤਾਂ ਇਹਦੇ ਵਿੱਚ ਰਿਵਰਸਿਬਲ ਫੈਨ ਵਾਲਾ ਮਾਡਲ ਤੁਹਾਨੂੰ ਨਹੀਂ ਮਿਲੂਗਾ ਕਿਸੇ ਵੀ ਮਾਡਲ 'ਚ ਠੀਕ ਹੈ ਹਾਂ ਆਫਟਰ ਮਾਰਕੀਟ ਜਾਂ ਟਰੈਕਟਰ ਪਰਚੇਜ਼ ਕਰਨ ਤੋਂ ਬਾਅਦ ਤੁਸੀਂ ਇਹਦੀ ਕਿੱਟ ਜ਼ਰੂਰ ਲਵਾ ਸਕਦੇ ਹੋ ਠੀਕ ਹੈ ਉਹ ਵੀ ਅਗਰ ਕੋਈ ਤੁਹਾਡਾ ਅੱਛਾ ਡੀਲਰ ਜਾਣਕਾਰ ਹੈ ਤੁਹਾਨੂੰ ਕਿੱਟ अवेलेबल ਕਰਾ ਦਿੰਦਾ ਤਾਂ ਉਹਦੀ ਕਿੱਟ ਲੱਗ ਜਾਂਦੀ ਹੈ ਉਹਦਾ 25 ਤੋਂ 30000 ਰੁਪਏ ਖਰਚਾ ਹੈ ਤਾਂ ਅਗਰ ਆਪਾਂ ਆਪਣੇ ਟੌਪਿਕ 'ਤੇ ਉਸ ਤੋਂ ਬਾਅਦ ਗੱਲ ਕਰੀਏ ਤਾਂ ਇਹਦੇ ਵਿੱਚ ਆਉਂਦਾ ਇੱਕ ਪਰਮਾ ਕਲਚ ਜਿਵੇਂ ਕਿ ਜੌਂਡੀਅਰ 5310 ਦੇ ਵਿੱਚ ਜਾਣਕਾਰੀ ਦਿੱਤੀ ਸੀ ਮੈਂ ਪਰਮਾ ਕਲਚ ਹੁੰਦਾ ਹੈ ਜਿਹੜਾ ਤੇਲ ਦੇ ਵਿੱਚ ਕੰਮ ਕਰਦਾ ਉਹਦੀ ਸਪੈਸ਼ਲਿਟੀ ਕੀ ਹੈ ਉਹ ਤੁਸੀਂ ਆਪਣੇ ਐਗਰੀਕਲਚਰ 'ਚ ਯੂਜ਼ ਕਰੋ ਮੈਂ ਤੁਸੀਂ ਕਰੋ ਕਮਰਸ਼ੀਅਲ ਚ ਯੂਜ਼ ਠੀਕ ਹੈ ਤਾਂ ਉਹਦੇ ਵਿੱਚ ਕੀ ਸੀ ਉਹਦੇ ਵਿੱਚ ਤੁਹਾਨੂੰ ਜਿਹੜੀ ਗਾਰੰਟੀ ਵਾਰੰਟੀ ਹੈ ਉਹ 5000 ਘੰਟੇ ਦੀ ਤੇ 5 ਸਾਲਾਂ ਦੀ ਵਾਰੰਟੀ ਮਿਲੂਗੀ ਉਹਦੂ ਹੀ ਬਹੁਤ ਵਧੀਆ অপਸ਼ਨ ਦਿੱਤਾ ਕੰਪਨੀ ਨੇ ਇਹ ਮਤਲਬ 5000 ਘੰਟੇ ਮੇਰੇ ਵੀਰਾਂ ਨੂੰ ਪਤਾ ਹੀ ਹੈ ਜਿਹੜੇ ਖੇਤੀ ਕਰਦੇ ਆ ਵੀ 5000 ਘੰਟੇ ਟਰੈਕਟਰ ਕਦੋਂ ਚੱਲਦਾ 5 ਸਾਲ ਵੀ ਬਹੁਤ ਹੁੰਦੇ ਆ 5000 ਘੰਟੇ ਵੀ ਬਹੁਤ ਹੁੰਦੇ ਆ ਅਗਰ ਉਸ ਤੋਂ ਬਾਅਦ ਗੱਲ ਕਰ ਲਈਏ ਉਸ ਤੋਂ ਬਾਅਦ ਆਉਂਦਾ ਜੀ ਪੀਆਰ ਪੀਆਰ ਜਿਹੜਾ ਹੈਗਾ ਉਹ ਇਲੈਕਟ੍ਰਿਕ ਮੋਟਰ ኦਪਰੇਟਿਡ ਕਲਚ ਹੈ ਉਹਦਾ ਵੀ ਵੈਟ ਤੇਲ ਦੇ ਵਿੱਚ ਹੀ ਚੱਲਣ ਵਾਲਾ ਜਿਹੜਾ ਹੈਗਾ ਉਹ ਸਿਸਟਮ ਹੈਗਾ ਤਾਂ ਉਹਦੇ ਵਿੱਚ ਇੱਕ ਥੋੜਾ ਜਿਹਾ ਲਾਸ ਹੈ ਉਹ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਸ਼ਟਲ ਸ਼ਿਫਟ ਸ਼ਟਲ ਸ਼ਿਫਟ ਨੂੰ ਪੀਆਰ ਵੀ ਕਹਿ ਦਿੰਨੇ ਆਪਾਂ ਉਹਦੇ ਵਿੱਚ ਜਿਹੜੀ ਹੈਗੀ ਪਾਵਰ ਲਾਸ ਮਿਲੂਗੀ ਤੁਹਾਨੂੰ 3 ਤੋਂ ਲੈ ਕੇ 4 ਐਚਪੀ ਠੀਕ ਹੈ ਉਹਦੀ ਸਲਾਹ ਐਗਰੀਕਲਚਰ ਵਾਸਤੇ ਕੋਈ ਨਹੀਂ ਦਿੰਦਾ ਵੀ ਐਗਰੀਕਲਚਰ ਵਾਸਤੇ ਤੁਸੀਂ ਉਹ ਟਰੈਕਟਰ ਯੂਜ਼ ਕਰੋ ਉਹਦੀ ਸਲਾਹ ਸਾਰੇ ਕਮਰਸ਼ੀਅਲ ਵਾਸਤੇ ਦਿੰਦੇ ਆ ਕਿਉਂਕਿ ਉਹਦੇ ਵਿੱਚ ਇੱਕ ਤਾਂ ਪਾਵਰ ਲੋਸ ਮਿਲਦੀ ਆ 5 ਤੋਂ 7 ਐਚਪੀ ਦੀ ਆਪਾਂ ਨੂੰ ਦੂਜਾ ਉਹਦਾ ਜਿਹੜਾ ਹੈਗਾ ਐਗਰੀਕਲਚਰ ਚ ਇੰਨਾ ਜ਼ਿਆਦਾ ਯੂਜ਼ ਵੀ ਨਹੀਂ ਹੈ ਅਗਰ ਗੱਲ ਕਰੀਏ ਆਪਾਂ ਤਾਂ ਇੱਕ ਹੋਰ ਗੱਲ ਹੈ ਨੈਕਸਟ ਵੀ ਇਹਦੇ ਵਿੱਚ ਜਿਹੜੇ ਟਾਇਰ ਇਹ 16 9 30 ਦੇ ਮਿਲਣਗੇ ਤੁਹਾਨੂੰ ਦੇਖ ਵੀ ਸਕਦੇ ਹੋ ਤੁਸੀਂ ਇੱਥੇ 16 9 30 ਦੇ 53 10 ਦੇ ਵਿੱਚ ਜਿਹੜੇ ਹੈਗੇ ਆ ਉਹ ਤੁਹਾਨੂੰ 16 9 28 ਦੇ ਟਾਇਰ ਮਿਲਦੇ ਆ ਠੀਕ ਹੈ ਤਾਂ ਕਲਚ ਤਿੰਨੇ ਤਰ੍ਹਾਂ ਦੇ ਕਲਚ ਹੋਗੇ ਇੱਕ ਸੁੱਕਾ ਕਲਚ ਜਿਹੜਾ ਕੀ ਵਿਦਆਊਟ ਵੈਟ ਕਲਚ ਹੈ ਉਹ ਵੀ ਮਿਲੂਗਾ ਤੁਹਾਨੂੰ ਇਹਦੇ ਵਿੱਚ ਪਰ ਮਕ ਕਲਚ ਵੀ ਮਿਲੂਗਾ ਜਿਹੜਾ ਤੇਲ ਚ ਰਹਿੰਦਾ ਔਰ ਸ਼ਟਲ ਸ਼ਿਫਟ ਵਾਲਾ ਵੀ ਮਿਲੂਗਾ ਜਿਹੜਾ ਕੀ ਅ ਮਤਲਬ ਕਿ ਜਿਹਨੂੰ ਆਪਾਂ ਪੀਆਰ ਕਹ ਦਿੰਨੇ ਆ ਕਮਰਸ਼ੀਅਲ ਮਾਡਲ ਵੀ ਕਮਰਸ਼ੀਅਲ ਵਾਸਤੇ ਯੂਜ਼ ਹੁੰਦਾ ਹੋ ਇਹਦੇ ਵਿੱਚ ਤੁਹਾਨੂੰ ਲਿਫਟ ਕਪੈਸਿਟੀ ਜਿਵੇਂ ਮੈਂ ਤੁਹਾਨੂੰ ਕਲੀਅਰ ਕੀਤਾ ਲਿਫਟ ਕਪੈਸਿਟੀ ਇਹਦੇ ਵਿੱਚ ਤੁਹਾਨੂੰ 2500 ਕਿਲੋ ਦੀ ਹੀ ਲੈਣੀ ਪੈਣੀ ਹੈ ਕਿਉਂਕਿ ਐਚਪੀ ਦਾ ਹਿਸਾਬ ਕਿਤਾਬ ਹੁੰਦਾ ਐਚਪੀ ਇਹਦੇ ਵਿੱਚ 63 ਐਚਪੀ ਆ ਇਹ ਤੇ 63 ਐਚਪੀ ਚ 2000 ਕਿਲੋ ਦਾ ਕੋਈ ਲੈਣਾ ਦੇਣਾ ਨਹੀਂ ਰਹਿੰਦਾ ਠੀਕ ਹੈ ਉਸ ਤੋਂ ਬਾਅਦ ਅਗਰ ਗੱਲ ਕਰੀਏ ਹਾਂ ਤਾਂ ਇਹਦੀ ਨਾ ਜਿਹੜੀ ਸੈਂਟਰ ਪਿੰਨ ਹੁੰਦੀ ਆ ਜਿਵੇਂ 4x4 ਦੇ ਮਾਡਲ ਦਾ ਤੁਸੀਂ ਦੇਖੋਗੇ ਨਾ ਤਾਂ ਜਿਹੜੀ ਸੈਂਟਰ ਪਿੰਨ ਹੁੰਦੀ ਹੈ ਨਾ ਭਾਈ ਉਹ ਤੁਹਾਨੂੰ ਦੱਸ ਦਿੰਨਾ ਜੌਂਡੀਅਰ 5310 ਜੌਂਡੀਅਰ 5210 ਜੌਂਡੀਅਰ 5405 ਤੇ 5075 ਇਹਨਾਂ ਦੀ ਸੈਂਟਰ ਪਿੰਨ ਦਾ ਸਾਈਜ਼ 4x4 ਵਾਲੇ ਮਾਡਲਾਂ ਚ ਬਿਲਕੁਲ ਇੱਕੋ ਤਰ੍ਹਾਂ ਦਾ ਸਾਈਜ਼ ਹੈ ਇੱਕ ਤਾਂ ਇਹਨਾਂ ਚ ਇਹ ਸਿਮਿਲਰਿਟੀ ਹੈ ਇੱਕ ਇਹਨਾਂ ਚ ਇੰਜਨ ਦੀ ਸੀਸੀ ਦੀ ਸਿਮਿਲਰਿਟੀ ਹੈ ਸਿਲੰਡਰਾਂ ਦੀ ਸਿਮਿਲਰਿਟੀ ਹੈ ਜਿਹੜੀ ਸਿਮਿਲਰਿਟੀ ਵਾਲੀ ਗੱਲ ਮੈਨੂੰ ਕੰਪਨੀ ਨੇ ਕਲੀਅਰ ਕੀਤੀ ਆ ਉਹ ਸਿਮਿਲਰਿਟੀ ਦੀ ਗੱਲ ਇਹ ਆ ਠੀਕ ਹੈ ਔਰ ਅਗਰ ਗੱਲ ਕਰੀਏ ਆਪਾਂ ਤਾਂ ਇਹਦੇ ਵਿੱਚ ਫੁੱਲੀ ਸਿੰਕ੍ਰੋਮੈਸ ਟਾਈਪ ਦਾ ਤੁਹਾਨੂੰ ਗੇਅਰਬਾਕਸ ਮਿਲ ਜਾਂਦਾ ਉਹ ਕਹਿਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ 63 HP ਚ ਆ ਜਾਂਦਾ ਇਹ ਟਰੈਕਟਰ ਤਾਂ ਫੁੱਲੀ ਸਿੰਕ੍ਰੋਮੈਸ ਟਾਈਪ ਦਾ ਗੇਅਰਬਾਕਸ ਮਿਲੂਗਾ ਇਹਦੇ ਵਿੱਚ ਔਰ ਇਹਦੇ ਵਿੱਚ ਨਾ ਇੱਕ ਮੈਂ ਤੁਹਾਨੂੰ ਰੋਡ ਸਪੀਡ ਦੀ ਵੀ ਗੱਲ ਕਲੀਅਰ ਕਰਦਾ ਇੱਧਰ ਨਹੀਂ ਲੱਗਿਆ ਹੋਇਆ ਚਾਰਟ ਇੱਧਰ ਲੱਗਿਆ ਹੋਇਆ ਆਹ ਦੇਖ ਲਓ ਜਿਹੜੀ ਰੋਡ ਸਪੀਡ ਹੈ ਇਹਦੇ 'ਚ ਇਹ ਮਿਨੀਮਮ ਆਪਾਂ ਨੂੰ A1 ਦੇ ਵਿੱਚ 1 ਕਿਲੋਮੀਟਰ ਦੀ ਮਿਲੂਗੀ ਤਾਂ ਜੌਨ ਡੀਅਰ ਦੇ ਵਿੱਚ ਇੱਕੋ ਹੀ ਪ੍ਰੋਡਕਟ ਹੈ ਜਿਹੜਾ ਤੁਹਾਨੂੰ ਅੱਧੇ ਕਿਲੋਮੀਟਰ ਦੀ ਇੱਕੋ ਹੀ ਟਰੈਕਟਰ ਹੈ ਜਿਹੜਾ ਤੁਹਾਨੂੰ ਅੱਧੇ ਕਿਲੋਮੀਟਰ ਦੀ ਜਿਹੜੀ ਹੈਗੀ ਆ ਰੋਡ ਸਪੀਡ ਦੇ ਦਿੰਦਾ ਕ੍ਰੀਪਰ ਸਪੀਡ ਇੱਕੋ ਹੀ ਟਰੈਕਟਰ ਦੀ ਹੈ ਉਹ ਵੀ ਵਲੌਗ ਦੇ ਐਂਡ ਵਿੱਚ ਦਿਖਾ ਦੂੰਗਾ ਤੁਹਾਨੂੰ ਐਸੇ ਵਲੌਗ ਦੇ ਵਿੱਚ ਪਾ ਦਾਂਗੇ ਆਪਾਂ ਵੀ ਕਿਹੜੇ ਟਰੈਕਟਰ ਦੀ ਹੈਗੀ ਆ ਜਿਹੜੀ ਰੋਡ ਸਪੀਡ ਸਭ ਤੋਂ ਬੈਸਟ ਹੈ ਜੌਨ ਡੀਅਰ ਦੇ ਵਿੱਚ ਠੀਕ ਹੈ ਤਾਂ ਇਹ ਕੁਝ ਸੀਗੇ ਜਿਹੜੇ ਇਹਦੇ ਵਿੱਚ ਵੇਰੀਐਂਟ ਆਉਂਦੇ ਆ ਦੇਖੋ ਹਰਿਆਣਾ ਪੰਜਾਬ ਰਾਜਸਥਾਨ ਯੂਪੀ ਆਪਣੇ ਜਿਹੜੇ ਇੱਧਰ ਦੇ ਇਲਾਕੇ ਆ ਇਹਦੇ ਵਿੱਚ ਤਾਂ ਮਾਡਲ ਇਹ ਯੂਜ਼ ਹੁੰਦੇ ਆ ਬਾਕੀ ਇਹਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਚੇਂਜ 34 ਤਰ੍ਹਾਂ ਦੇ ਮਾਡਲ ਆਉਂਦੇ ਆ 5310 ਦੇ ਵਿੱਚ ਆਉਂਦੇ ਆ 35 ਤਰ੍ਹਾਂ ਦੇ ਮਾਡਲ ਇਹਦੇ ਵਿੱਚ ਆਉਂਦੇ ਆ 34 ਤਰ੍ਹਾਂ ਦੇ ਮਾਡਲ ਠੀਕ ਹੈ ਉਹਨਾਂ ਦੇ ਵਿੱਚ ਕੀ ਫਰਕ ਹੈ ਇੰਜਨ ਸੇਮ ਹੈ ਗੇਅਰ ਬਾਕਸ ਸੇਮ ਹੈ ਲਿਫਟ ਕਪੈਸਿਟੀ ਸੇਮ ਹੈ ਇਹਨਾਂ ਚੀਜ਼ਾਂ ਦਾ ਫਰਕ ਪੈ ਜਾਂਦਾ ਜਿਵੇਂ ਲਾਈਟਾਂ ਤੁਸੀਂ LED ਲੈਣੀਆਂ ਜਾਂ ਸਿੰਪਲ ਲੈਣੀਆਂ ਉਸ ਤੋਂ ਬਾਅਦ ਅ ਜਿਵੇਂ ਜਿਹੜੀ ਲਿੰਕ ਦਾ ਫੀਚਰ ਹੈ ਇਹ ਵੀ ਆਪਸ਼ਨਲ ਹੈ ਇਹ ਵੀ ਤੁਸੀਂ ਲੈਣਾ ਹੈ ਨਹੀਂ ਲੈਣਾ ਹਾਲਾਂਕਿ ਵਿੱਚ ਜੇ ਕੰਪਨੀ ਕਹਿ ਰਹੀ ਸੀ ਵੀ ਇਹਨੂੰ ਅ ਮਤਲਬ ਕਿ ਕੰਪਲਸਰੀ ਕਰ ਦਾਂਗੇ ਪਰ ਫਿਰ ਕੰਪਨੀ ਨੇ ਕਿਹਾ ਵੀ ਜਿਦੀ ਮਰਜ਼ੀ ਹੈ ਉਹ ਲਓ ਜਿਦੀ ਮਰਜ਼ੀ ਹੈ ਨਾ ਲਓ ਠੀਕ ਹੈ ਔਰ ਜਿਹੜਾ ਹੈਗਾ ਇਹਦੇ ਵਿੱਚ ਕਨਵਰਟਰ ਉਹ ਵੀ ਨਹੀਂ ਲੱਗਿਆ ਹੋਇਆ ਦੇਖ ਸਕਦੇ ਹੋ ਤੁਸੀਂ ਜਿਵੇਂ ਜੌਂਡੀਅਰ ਦੇ ਵਿੱਚ ਮੈਂ ਤੁਹਾਨੂੰ ਕੈਟਾਲਾਈਟਿਕ ਕਨਵਰਟਰ ਜਿਹਦੇ ਵਿੱਚ ਵਾਈਟ 골ਡ ਹੁੰਦਾ ਜੋ ਕਿ ਪੋਲੂਸ਼ਨ ਨੂੰ ਜਿਆਦਾ ਫੈਲਣ ਤੋਂ ਰੋਕਦਾ ਉਹ ਕੰਪਨੀ ਨੇ ਓਨ ਟੈਸਟਿੰਗ ਹੀ ਲਾਇਆ ਸੀ ਮਤਲਬ ਕਿ ਐਡਵਾਂਸ ਫੀਚਰ ਦਿੱਤਾ ਸੀ ਉਹ ਕੰਪਨੀ ਨੇ ਇੱਕ ਵੀ ਰਕਮੈਂਟ ਵੀ ਕਰ ਰਿਆ ਸੀ ਵੀ ਕੈਟਾਲਾਈਟਿਕ ਕਨਵਰਟਰ ਮਤਲਬ ਕਿ ਕਿਉਂ ਦੇਣਾ ਬੰਦ ਕਰਤਾ ਤਾਂ ਵੀਰੇ ਕੈਟਾਲਾਈਟਿਕ ਕਨਵਰਟਰ ਦਾ ਆਪਾਂ ਨੇ ਕੁਝ ਨਹੀਂ ਕਰਨਾ ਕਨਵਰਟਰ ਦੇਵੇ ਨਾ ਦੇਵੇ ਉਹ ਸਿਰਫ ਪਰਫਾਰਮੈਂਸ ਤੇ ਉਹਦਾ ਕੋਈ ਅਸਰ ਨਹੀਂ ਹਾਲਾਂਕਿ ਪਰਫਾਰਮੈਂਸ ਨੂੰ ਉਹ ਘਟਾਉਂਦਾ ਟਰੈਕਟਰ ਦੀ ਪਰਫਾਰਮੈਂਸ ਨੂੰ ਵਧਾਉਂਦਾ ਨਹੀਂ ਉਹ ਪਰਫਾਰਮੈਂਸ ਨੂੰ ਘਟਾਉਂਦਾ ਠੀਕ ਹੈ ਤਾਂ ਅੱਛੀ ਗੱਲ ਹੈ ਵੀ ਉਹ ਕੰਪਨੀ ਨੇ ਕੜਤਾ ਉਹਦੇ ਵਿੱਚ ਵਾਈਟ 골ਡ ਹੁੰਦਾ ਹਾਲਾਂਕਿ ਉਹਦੇ ਵਿੱਚ ਕੰਪਨੀ ਨੇ ਕੋਸਟ ਕਟਿੰਗ ਜ਼ਰੂਰ ਕੀਤੀ ਹੈ ਪਰ ਉਹਦੇ ਵਿੱਚ ਕਿਸਾਨ ਦਾ ਕੋਈ ਘਾਟਾ ਨਹੀਂ ਆਂ ਅਗਰ ਗੱਲ ਕਰੀਏ ਤਾਂ ਜਿੰਨਾਂ ਵੀਰਾਂ ਕੋਲੇ 23 ਮਾਡਲ ਲਾਸਟ ਦੇ ਟਰੈਕਟਰ ਹੈ ਸੀਆਰਡੀਆਈ ਉਹ ਵੀਰ ਦੇਖ ਲੈਣ ਉਹਨਾਂ ਦੇ ਵੀਰ ਜਿਹੜੇ ਟਰੈਕਟਰ ਹੈ ਉਹਨਾਂ ਦੇ ਵਿੱਚ ਕੈਟਾਲਿਟਿਕ ਕਨਵਰਟਰ ਦੀ ਵੀ ਦਿੱਤੀ ਹੋਈ ਆ ਆਪਸ਼ਨ ਮਤਲਬ ਕਿ ਉਹਦੋਂ ਆਉਂਦਾ ਸੀ ਤਾਂ ਕੰਪਨੀ ਨੇ ਉਹ ਕਡਵਾਂਸ ਫੀਚਰ ਦਿੱਤਾ ਸੀ ਜੋ ਕਿ ਇਹਨਾਂ ਟਰੈਕਟਰਾਂ ਨੂੰ ਜ਼ਰੂਰਤ ਨਹੀਂ ਸੀ ਤਾਂ ਅਗਰ ਦੇਖੋ ਪੀਟੀਓ ਦੀ ਹੁਣ ਗੱਲ ਕਰ ਲੈਂਦੇ ਆਪਾਂ ਤਾਂ ਪੀਟੀਓ 540 ਤੇ 540ੀ ਇਕਨੋਮੀ ਤੇ ਇਹਦੇ ਵਿੱਚ ਆਉਂਦੀ ਹੈ ਇੱਕ ਰਿਵਰਸ ਪੀਟੀਓ ਦੋ ਹੀ ਆਪਸ਼ਨ ਮਿਲਦੇ ਆ ਤੁਹਾਨੂੰ ਜੋ ਕਿ 5210 ਦੇ ਵਿੱਚ ਮਿਲਦੇ ਆ ਠੀਕ ਹੈ ECU ਦਾ ਸਿਸਟਮ ਤੁਸੀਂ ਦੇਖ ਸਕਦੇ ਹੋ ਇਲੈਕਟ੍ਰੋਨਿਕ ਕੰਟਰੋਲ ਯੂਨਿਟ ECM ਵੀ ਕਹਿੰਦੇ ਨੇ ECU ਵੀ ਕਹਿੰਦੇ ਆ ਤਾਂ ਹਾਈ ਪ੍ਰੈਸ਼ਰ ਪੰਪ ਤੁਸੀਂ ਕਰ ਲੋ ਦਰਸ਼ਨ ਜਿਹੜਾ ਕਿ ਇਨਲਾਈਨ ਪੰਪ ਇਹਦੇ ਵਿੱਚ ਨਹੀਂ ਆਉਂਦਾ ਔਰ ਇਹ ਜਿਹੜੀ ਹੈਗੀ CRDI ਦੇ ਉੱਤੇ ਆਪਾਂ ਪੂਰੀ ਵੀਡੀਓ ਬਣਾਈ ਹੋਈ ਆ ਤਾਂ ਆਪਣਾ ਜਿਹੜਾ ਮੇਨ ਮੋਟਿਵ ਸੀ ਅੱਜ ਦਾ ਵੀਡੀਓ ਬਣਾਉਣ ਦਾ ਉਹ ਹੀ ਸੀ ਵੀ ਜੌਨ ਡੀਅਰ 5405 ਦੇ ਵਿੱਚ ਕਿੰਨੀ ਤਰ੍ਹਾਂ ਦੇ ਵੇਰੀਐਂਟ ਆਉਂਦੇ ਆ ਤਾਂ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਿਹਾ ਸੀ ਉਹ ਮੈਂ ਤੁਹਾਨੂੰ ਕਲੀਅਰ ਕੀਤੀਆਂ ਤਤਿਆਂ ਨਾਲ ਜਿਹੜੇ ਵੀਰਾਂ ਨੇ ਵਲੌਗ ਦੇਖਿਆ ਉਹਨਾਂ ਨੂੰ ਪਤਾ ਵੀ ਲੱਗਿਆ ਹੋਊਗਾ ਕਿ ਲਿਫਟ ਬਟਨ ਜਿਹੜਾ 5310 ਦੇ ਵਿੱਚ ਨਹੀਂ ਆਉਂਦਾ ਠੀਕ ਹੈ ਕੰਪਨੀ ਤੋਂ ਫੀਟਡ ਉਹ ਰਿਵਰਸੀਬਲ ਫੈਨ 5405 ਦੇ ਵਿੱਚ ਨਹੀਂ ਆਉਂਦਾ ਇਨ ਫਿਊਚਰ ਆ ਸਕਦਾ ਹੈ ਹਜੇ ਟੈਸਟਿੰਗ ਤੇ ਆ ਉਹ ਮਤਲਬ ਕਿ ਆਪਦੇ ਵੱਡੇ ਪ੍ਰੋਡਕਟ ਦੇ ਵਿੱਚ ਕਦੇ ਵੀ ਓਨ ਟੈਸਟਿੰਗ ਜਿਹੜੀ ਚੀਜ਼ ਆ ਉਹ ਕੰਪਨੀ ਨਹੀਂ ਦਿੰਦੀ ਠੀਕ ਹੈ ਔਰ ਇੱਕ ਜਿਹੜਾ ਨੇ ਕਮਰਸ਼ੀਅਲ ਯੂਜ਼ ਵਾਸਤੇ ਲੈਣਾ ਨਾ ਵੀਰੇ ਉਹਨਾਂ ਵੀਰਾਂ ਵਾਸਤੇ ਇੱਕ ਮਾਡਲ ਆਉਂਦਾ ਜਿਹੜਾ ਕਿ ਮੈਂ ਤੁਹਾਨੂੰ ਪੀ ਆਰ ਕੇ ਆ ਕਮਰਸ਼ੀਅਲ ਇਲੈਕਟ੍ਰਿਕ ਆਪਰੇਟਿਡ ਕਲਚ ਹੁੰਦਾ ਮਤਲਬ ਕਿ ਸ਼ਟਲ ਸ਼ਿਫਟ ਵਾਲਾ ਮਾਡਲ ਉਹਦੇ ਵਿੱਚ ਕੀ ਆ ਆ ਰੋਕਰ ਸ਼ਾਫਟ ਆ ਜਿਹੜੀ ਆਰਮਾ ਇਹ ਵੀ ਤੁਹਾਨੂੰ ਲੱਗੀਆਂ ਹੋਈਆਂ ਨਹੀਂ ਮਿਲਣਗੀਆਂ ਤਾਂ ਇਹ ਤੋਂ ਤੁਹਾਨੂੰ ਸਾਰਾ ਸਿਸਟਮ ਦਾ ਚੇਂਜ ਮਿਲੂਗਾ ਆ ਲਿੰਕਾ ਲੁੰਕਾ ਤੁਹਾਨੂੰ ਉਹਦੇ ਵਿੱਚ ਦੇਖਣ ਨੂੰ ਨਹੀਂ ਮਿਲਣਗੀਆਂ ਠੀਕ ਆ ਟੋਪ ਲਿੰਕ ਕਿਉਂਕਿ ਉਹ ਕਮਰਸ਼ੀਅਲ ਯੂਜ਼ ਹੁੰਦਾ ਕਮਰਸ਼ੀਅਲ ਮੰਨ ਕੇ ਚੱਲੋ ਜਿਵੇਂ ਲੋਡਰ ਡੋਜ਼ਰ ਤੇ ਕਿਸੇ ਵੀਰ ਨੇ ਲਾਉਣਾ ਉਹਦੇ ਵਾਸਤੇ ਯੂਜ਼ ਹੁੰਦਾ ਜੇ ਕਿਤੇ ਮੈਨੂੰ ਉਹ ਮਾਡਲ ਖੜੇ ਲੱਗ ਦਿਖਿਆ ਤਾਂ ਮੈਂ ਤੁਹਾਨੂੰ ਦਿਖਾ ਵੀ ਦਊਗਾ ਉਹਦੇ ਦਰਸ਼ਨ ਵੀ ਕਰਾ ਦਊਗਾ ਠੀਕ ਹੈ ਤਾਂ ਉਹਦੇ ਵਿੱਚ ਵੀ ਆਪਸ਼ਨ ਹੈ ਤਾਂ ਹੀ 34 ਤਰ੍ਹਾਂ ਦੇ ਮਾਡਲ ਬਣਦੇ ਆ ਮਤਲਬ ਕਿ ਅਗਰ ਕਿਸੇ ਨੇ ਪੀ ਆਰ ਮਾਡਲ ਲੈਣਾ ਹੈ ਨਾ ਤਾਂ ਪੀਆਰ ਮਾਡਲ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਆ ਲਿੰਕਾਂ ਵੀ ਮਿਲ ਜਾਣਗੀਆਂ ਠੀਕ ਹੈ ਅਗਰ ਕਿਸੇ ਮੇਰੇ ਵੀਰ ਨੇ ਇਹ ਨਹੀਂ ਕੰਪਨੀ ਦੀ ਬੰਦਿਸ਼ ਵੀ ਉਹ ਕੱਲਾ ਕਮਰਸ਼ੀਅਲੀ ਯੂਜ਼ ਹੋਊਗਾ ਮਤਲਬ ਇਹ ਸਲਾਹ ਜਿਹੜੇ ਹੈਗੇ ਆ ਡੀਲਰ ਉਹ ਦਿੰਦੇ ਆ ਵੀ ਉਹ ਕਮਰਸ਼ੀਅਲੀ ਯੂਜ਼ ਹੋਣਾ ਚਾਹੀਦਾ ਕਿਉਂਕਿ ਉਹਦੇ ਵਿੱਚ ਸ਼ਟਲ ਸ਼ਿਫਟ ਦਿੱਤਾ ਜਿੰਨਾ ਟਰੈਕਟਰ ਅੱਗੇ ਉਹਨਾਂ ਪਿੱਛੇ ਠੀਕ ਹੈ ਤੇ ਕੰਪਨੀ ਵੱਲੋਂ ਕੋਈ ਅਸੀਂ ਰਿਸਟ੍ਰਿਕਸ਼ਨ ਨਹੀਂ ਹੈ ਵੀ ਉਹਦੇ ਵਿੱਚ ਤੁਹਾਨੂੰ ਲਿੰਕਾਂ ਨਹੀਂ ਮਿਲਣਗੀਆਂ ਟੌਪ ਲਿੰਕ ਨਹੀਂ ਮਿਲੂਗੀ ਜਾਂ ਕੁਝ ਐਸਾ ਜਾਂ ਆ ਨਹੀਂ ਮਿਲਣਗੀਆਂ ਹਰ ਇੱਕ ਤਰ੍ਹਾਂ ਦਾ ਮਾਡਲ ਆਉਂਦਾ 34 ਤਰ੍ਹਾਂ ਦੇ ਮਾਡਲ ਕੰਪਨੀ ਇਹਦੇ ਵਿੱਚ ਦਿੰਦੀ ਆ ਤਾਂ ਉਮੀਦ ਕਰਦਾ ਵੀ ਤੁਹਾਨੂੰ 5405 ਦੀ ਜਿਹੜੀ ਵੀਡੀਓ ਹੈ ਉਹ ਚੰਗੀ ਲੱਗੀ ਹੋਊਗੀ ਮਾਈਨਰ ਮਾਈਨਰ ਦੇ ਚੇਂਜ ਆਉਂਦੇ ਆ ਇਹਦੇ ਵਿੱਚ ਠੀਕ ਹੈ ਜਿਵੇਂ ਮੈਂ ਇੱਕ Mahindra ਦੀ ਵੀ ਵੀਡੀਓ ਸ਼ੂਟ ਕਰੀ ਸੀ ਕੱਲ ਉਹਦੇ ਵਿੱਚ ਨਾ ਜਿਹੜੇ ਮਾਡਲ ਆਉਂਦੇ ਆ Mahindra ਦੇ ਵਿੱਚ ਉਹਨਾਂ ਦੇ ਵਿੱਚ ਇਹ ਨਹੀਂ ਹੈ ਜਿਵੇਂ ਜੌਨ ਡੀਅਰ ਦੇ ਵਿੱਚ ਕੰਪਨੀ ਇੱਥੇ ਬੈਜਿੰਗ ਦੇ ਦਿੰਦੀ ਹੈ ਨਾ ਵੀ ਪਾਵਰ ਟੈਕ ਜਿਹੜੀ ਲਿੰਕ ਲਿਫਟ ਪ੍ਰੋ ਗੇਅਰ ਪ੍ਰੋ ਇਹ ਉਹਦੇ ਵਿੱਚ ਬਿਲਕੁਲ ਨਹੀਂ ਹੈ ਉਹਦੇ ਵਿੱਚ ਦੋ ਤਿੰਨ ਤਰ੍ਹਾਂ ਦੇ ਮਾਡਲ ਆਉਂਦੇ ਆ ਅਗਰ ਆਪਾਂ ਇਸ ਕੰਪਨੀ ਦੀ ਗੱਲ ਕਰੀਏ ਸਭ ਤੋਂ ਜ਼ਿਆਦਾ ਮਾਡਲ ਅਵੇਲੇਬਲ ਕਰਾਉਣ ਵਾਲੀ ਕੰਪਨੀ ਹੈ ਇਹ ਮਾਰਕੀਟ ਦੇ ਵਿੱਚ ਉਹ ਹੁਣ ਕਿਸਾਨਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਇਹਦੇ ਇੰਨੀ ਤਰ੍ਹਾਂ ਦੇ ਮਾਡਲ ਆਉਂਦੇ ਆ ਦੇਖੋ ਕੋਈ ਵੀ ਡੀਲਰ ਤੁਹਾਨੂੰ ਕਹਿ ਨਹੀਂ ਸਕਦਾ ਵੀ ਤੁਸੀਂ ਆਹ ਮਾਡਲ ਨਾ ਲਓ ਠੀਕ ਹੈ ਅਗਰ ਕੋਈ ਐਸੀ ਗੱਲ ਹੁੰਦੀ ਹੈ ਮੇਰੀ ਵੀਡੀਓ ਦਿਖਾ ਦਿਆ ਕਰੋ ਵੀ ਆਹ ਦੇਖੋ ਇੰਨੀ ਤਰ੍ਹਾਂ ਦੇ ਮਾਡਲ ਆਉਂਦੇ ਆ ਠੀਕ ਹੈ ਜਿਹੜੀਆਂ ਮੈਂ ਗੱਲਾਂ ਕਰਦਾ ਵੀਡੀਓ ਦੇ ਵਿੱਚ ਓਨ ਪ੍ਰੂਫ ਕਰਦਾ ਬਿਲਕੁਲ ਠੀਕ ਹੈ ਇਹ ਸਾਰਾ ਜਿਹੜੇ অপਸ਼ਨ ਮੈਂ ਤੁਹਾਨੂੰ ਦੱਸਿਆ ਇਹ ਟਰੈਕਟਰ ਦੇ ਵਿੱਚ ਜਿਹੜੇ ਮੈਂ ਨਹੀਂ ਕਹਤੇ ਉਹ ਨਹੀਂ ਆਉਂਦੇ ਜਿਹੜੇ ਮੈਂ ਕਹਤੇ ਉਹ ਆਉਂਦੇ ਆ ਠੀਕ ਹੈ ਬਾਕੀ ਅਗਰ ਗੱਲ ਕਰੀਏ ਤਾਂ ਸਾਰੀ ਤਰ੍ਹਾਂ ਦੀ ਦੁਨੀਆ ਚੰਗੇ ਵੀ ਆ ਲੋਕ ਮਾੜੇ ਵੀ ਆ ਤਾਂ ਕੁਝ ਡੀਲਰ ਬਹੁਤ ਅੱਛੇ ਵੀ ਆ ਕੁਝ ਡੀਲਰ ਜਿਹੜੇ ਹੈਗੇ ਆ ਉਹਨਾਂ ਦਾ ਜਿਹੜਾ ਹੈਗਾ ਨੇਚਰ ਉਹ ਥੋੜਾ ਰੂਡ ਹੋ ਜਾਂਦਾ ਤਾਂ ਤੁਸੀਂ ਡਾਇਰੈਕਟ ਕੰਪਨੀ ਦੀ ਅਫੀਸ਼ੀਅਲ ਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਵੀ ਤੁਹਾਨੂੰ ਕਿੰਨੇ ਤਰ੍ਹਾਂ ਦੇ ਮਾਡਲ ਮਿਲਦੇ ਆ ਤਾਂ ਅਗਰ ਮੈਂ ਗੱਲ ਕਰਾਂ ਸੀਆਰਡੀਆ ਦੇ ਵਿੱਚ ਹੀ ਤੁਹਾਨੂੰ ਦੇਖਣ ਨੂੰ ਮਿਲੂਗਾ 5405 ਸਿੰਪਲ ਇੰਜਨ ਦੇ ਵਿੱਚ ਨਹੀਂ ਆਉਂਦਾ ਸਿੰਪਲ ਇੰਜਨ ਦੇ ਵਿੱਚ ਇਹਨਾਂ ਦਾ ਆਉਂਦਾ ਹੈ 5210 ਠੀਕ ਹੈ ਤਾਂ ਥੈਂਕ ਯੂ ਫॉर ਵਾਚਿੰਗ ਮਸ਼ੀਨਰੀ ਮਹਿਕਮਾ ਏਸੀ 5405 ਦੇ ਉੱਪਰ ਪੂਰੀ ਅਫੀਸ਼ੀਅਲ ਵੀਡੀਓ ਵੀ ਕਿਹੜੇ ਕਿਹੜੇ ਮਾਡਲ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਕਿਹੜੇ ਕਿਹੜੇ ਮਾਡਲ ਦੇ ਵਿੱਚ ਆਉਂਦੇ ਆ ਹਾਂ ਇਹਦੇ ਵਿੱਚ ਟਿਲਟ ਸਟੀਰਿੰਗ ਦਾ ਵੀ ਆਪਸ਼ਨ ਹੈ ਇਹ 5210 ਦੇ ਵਿੱਚ ਵੀ ਆਉਂਦਾ ਅਗਰ ਤੁਸੀਂ ਲੈਣਾ ਹੈ ਲੈ ਵੀ ਸਕਦੇ ਹੋ ਅਗਰ ਛੱਡਣਾ ਹੈ ਅਗਰ ਨੋਰਮਲ ਸਟੀering ਲੈਣਾ ਹੈ ਨੋਰਮਲ ਸਟੀering ਵੀ ਲੈ ਸਕਦੇ ਹੋ ਲਿਫਟ ਕੰਟਰੋਲ ਵੀ ਤੁਸੀਂ ਲੈਣੇ ਹੈ ਅਗਰ ਲੈ ਸਕਦੇ ਹੋ ਨਹੀਂ ਲੈਣੇ ਨਹੀਂ ਤਾਂ ਤੁਹਾਨੂੰ অপਸ਼ਨ ਹੈ ਸਿੰਕ੍ਰੋਮੈਸ ਟਾਈਪ ਦਾ ਤੁਹਾਨੂੰ ਗੇਅਰ ਬਾਕਸ ਮਿਲੇਗਾ ਸੇਮ ਤੁਹਾਨੂੰ ਜਿਹੜੇ ਡੀਜ਼ਲ ਟੈਂਕ ਦੀ ਹੈ ਦੀ ਕੈਪੈਸਿਟੀ ਮਿਲੇਗੀ ਟਾਇਰ ਸਾਈਜ਼ ਮੈਂ ਤੁਹਾਨੂੰ 10x16x28 ਅਗਲਾ 10 ਦੰਨਾ ਇਹਦਾ 11x24 ਠੀਕ ਹੈ ਉਹ ਰਿਵਰਸੀਬਲ ਫੈਨ ਇਹਦੇ ਵਿੱਚ ਨਹੀਂ ਆਉਂਦਾ ਜਿਹੜੀ ਲਿੰਕ ਦਾ ਫੀਚਰ ਆਪਸ਼ਨਲ ਹੈ ਜੀਡੀ ਲਿੰਕ ਦਾ ਜੀਡੀ ਲਿੰਕ ਦਾ ਫੀਚਰ ਤੁਸੀਂ ਲੈ ਵੀ ਸਕਦੇ ਹੋ ਨਹੀਂ ਵੀ ਲੈ ਸਕਦੇ ਠੀਕ ਹੈ ਬਸ ਇਹੀ ਸੀ ਇਸ ਟਰੈਕਟਰ ਬਾਰੇ ਬਾਕੀ ਇੱਕ ਮੈਂ ਜਿਹੜੀ ਕੀਤੀ ਸੀ ਵੀਡੀਓ ਇਹਦੀ ਰੋਡ ਸਪੀਡ ਦੀ ਤਾਂ ਸਭ ਤੋਂ ਵਧੀਆ ਜੋਂਡੀਅਰ ਕੋਲੇ ਜਿਹੜਾ ਪ੍ਰੋਡਕਟ ਉਹ ਹੈਗਾ ਵੀਰੇ ਜੋਂਡੀਅਰ 5050D ਇਹਦਾ ਮੈਂ ਤੁਹਾਨੂੰ ਸ਼ੋਰਟਸ ਵੀ ਪਾ ਦੂੰਗਾ ਕਿਉਂਕਿ ਜੋਂਡੀਅਰ 5050D ਦੀ ਸਪੀਡ ਹੈ ਜਿਹੜੀ ਕੰਪਨੀ ਨੇ ਉਹ ਸੁਪਰ ਸੀਡਰ ਤੇ ਰਿਪਰ ਤੇ ਚੱਲਣ ਵਾਸਤੇ ਸਪੈਸ਼ਲ ਬਣਾਈ ਆ ਅੱਧੇ ਕਿਲੋਮੀਟਰ ਤੋਂ ਲੈ ਕੇ ਡੇਢ ਕਿਲੋਮੀਟਰ ਤੱਕ ਦੀ ਉਹ ਕ੍ਰੀਪਰ ਸਪੀਡ ਆਪਾਂ ਨੂੰ ਆਫਰ ਕਰ ਦਿੰਦਾ ਕਿਸੇ ਵੀ ਟਰੈਕਟਰ ਚ ਕਿਸੇ ਵੀ ਟਰੈਕਟਰ ਚ ਲਾ ਲਓ 5405 ਲਾ ਲਓ 5210 ਲਾ ਲਓ 5310 ਲਾ ਲਓ ਛੋਟੇ ਲਾ ਲਓ 50 39 ਲਾ ਲਓ 36 ਤਾਂ ਹੁਣ ਬੰਦ ਹੋ ਗਿਆ ਕਿਸੇ ਵੀ ਮਾਡਲ ਚ ਤੁਹਾਨੂੰ ਕ੍ਰੀਪਰ ਸਪੀਡ ਉਹਦੇ ਨਾਲ ਦੀ ਨਹੀਂ ਮਿਲ ਸਕਦੀ ਜਿਹੜੀ ਜਿਹਨੂੰ ਆਪਾਂ ਲੋਏਸਟ ਸਪੀਡ ਕਹਿ ਦਿੰਨੇ ਆ ਤਾਂ ਲੋਏਸਟ ਸਪੀਡ ਤੁਹਾਨੂੰ 50 50 ਡੀ ਦੇ ਵਿੱਚ ਮਿਲ ਜਾਂਦੀ ਹੈ ਜਿੰਨਾ ਵੀਰਾਂ ਨੇ ਸੁਪਰ ਸੀਡਰ ਵਾਸਤੇ ਲੈਣਾ ਹੈ ਜਾਂ ਰਿਪਰ ਆਪਣਾ ਰਿਪਰ ਵਾਸਤੇ ਲੈਣਾ ਲੋਏਸਟ ਸਪੀਡ ਵਾਸਤੇ ਤਾਂ ਉਹਦੇ ਵਿੱਚ ਜਾ ਸਕਦੇ ਆ ਵਿਦਾਊਟ ਟਰਬੋ ਡ੍ਰੈਕਟਰ ਆ ਉਹਦੇ ਵੀ ਉਹਦਾ ਵੀ ਤੁਹਾਨੂੰ ਸ਼ੋਰਟ ਐਡ ਕਰ ਦੂੰਗਾ ਮੈਂ ਥੈਂਕ ਯੂ ਫॉर ਵਾਚਿੰਗ ਮਸ਼ੀਨਰੀ ਮਹਿਕਮਾ AC 5405 ਦੇ ਉੱਤੇ ਵੀ ਇਹਦੇ ਵਿੱਚ ਕਿਹੜੇ ਕਿਹੜੇ ਵੇਰੀਐਂਟ ਆਉਂਦੇ ਆ ਥੈਂਕ ਯੂ ਜੀ